ਕੋਸ਼ਿਸ਼ ਹੈ ਅਖਬਾਰ ਨੂੰ ਛੱਡ ਯਾਰ, ਹਰ ਵੇਲੇ ਅਖਬਾਰ ਹੀ ਪੜ੍ਹਦਾ ਰਹਿੰਦਾ। ਇਹ ਵੀ ਪੜ੍ਹਨੀ ਚਾਹੀਦੀ ਨਾ, ਇਹ 'ਚ ਕੋਈ ਖਬਰਾਂ ਲਿਖੀਆਂ ਤਾਂ ਹੀ ਪੜ੍ਹੀ ਦੀਆਂ। ਠੀਕ ਹੈ, ਮੈਂ ਤੇਰੇ ਇਹਦਾ ਕੰਮ ਆਇਆ ਤੇਰੇ ਲਈ। ਦੱਸ ਦੱਸ, ਆਪਣੀ ਪੈਲੀ ਆ ਉਹ ਤਾਂ ਤੇਰੀ ਵੀ ਹੈਗੀ ਮੇਰੀ ਵੀ ਹੈਗੀ, ਤੇਰੀ ਵੀ ਪੈਲੀ ਹੈਗੀ ਆ, ਮੈਂ ਤੇਰੀ ਸਲਾਹ ਲੈਣ ਆਇਆ ਵਾਂ। ਦੱਸ ਦੱਸ ਸਲਾਹ, ਆਪਾਂ ਸਲਾਹ ਦੇਣ ਤੇ ਬੈਠੇ ਹਾਂ, ਕੀ ਬੀਜਣਾ ਇਹ ਪੁੱਛਣਾ, ਜੋ ਮਰਜ਼ੀ ਬੀਜ ਲਾ। ਬੀਜਣਾ ਨਹੀਂ ਗਾ ਵੀ ਸੰਸਿਆ, ਸਲਾਹ ਇਹ ਆ ਵੀ ਮੈਂ ਪਲਾਟ ਕੱਟਣੇ ਆ, ਪਲਾਟ ਕੱਟ ਕੇ ਵੇਚਣੇ ਆ। ਮੱਖਣ ਸਿਆਂ ਸਿਆਣਾ ਬਣ, ਤੇਰੀ ਸੁੱਖ ਨਾਲ ਇੰਨੀ ਪੈਲੀ, ਤੂੰ ਹੁਣ ਉਹਦੇ ਪਲਾਟ ਕੱਟੇਗਾ? ਉਹ ਜੇ ਤੂੰ ਇਹਦੇ ਪਲਾਟ ਕੱਟ ਕੇ ਵੇਚੇਗਾ ਤਾਂ ਕਿਸੇ ਨੇ ਤੈਨੂੰ ਜ਼ਿਮੀਦਾਰ ਨਹੀਂ ਕਹਿਣਾ, ਅਤੇ ਨਾ ਤੈਨੂੰ ਕਹਿੰਦਾ ਕਹਾਉਂਦਾ ਜੱਟ ਕਹਿਣਾ ਕਿਸੇ ਨੇ। ਉਹ ਕੰਗੂਰਖਾ, ਜਿਹੜੇ ਜੱਟ ਕੋ ਪੈਲੀ ਨਾ ਰਹੀ ਉਹ ਜੱਟ ਕਾ ਜਾ। ਦੱਸ ਮੈਨੂੰ, ਇਹ ਕੰਮ ਨਾ ਕਰ, ਪਲਾਟ ਨਾ ਕੱਟ, ਚੰਗਾ ਰਹੇਗਾ। ਜੇ ਸਾਰੇ ਇਹੋ ਕੁਛ ਕੰਮ ਕਰਨ ਲੱਗ ਪਏ ਤਾਂ ਅਸੀਂ ਬੀਜਾਂਗੇ ਕੀ, ਅਤੇ ਲੋਕ ਖਾਣਗੇ ਕੀ? ਸਾਰੇ ਪਾਸੇ ਫਿਰ ਆ ਪੱਥਰ ਹੀ ਨਜ਼ਰ ਆਉਣੇ ਆ, ਆ ਜਿਹੜੀਆਂ ਲੋਕਾਂ ਨੇ ਬਿਲਡਿੰਗਾਂ ਖੜੀਆਂ ਕੀਤੀਆਂ। ਸਰਕਾਰ ਤਾਂ ਅੱਗੇ ਚਾਹੁੰਦੀ ਹੈ ਵੀ ਇਹਨਾਂ ਦੇ ਸਾਰੇ ਪੈਲੀ ਵੇਚ ਦੇਣ ਅਤੇ ਬਜ਼ਾਰੀ ਆਟਾ ਖਾਣ, ਜਿਹੜੇ ਆਪਣੇ ਆਉਂਦੇ ਆ ਬਾਹਰਲੇ ਮੁਲਕਾਂ ਤੋਂ ਆਉਂਦਾ। ਸਿਆਣਾ ਬਣ, ਇਹ ਕਲੋਨੀ ਕਲੋਨੀ ਦੇ ਚੱਕਰ 'ਚ ਨਾ ਪਏ। ਹਾਂ ਯਾਰ, ਪਲਾਟ ਬਣਾ ਕੇ ਵੇਚਾਂਗੇ ਨਾ ਕੱਟ ਕੇ, ਹਾਂ ਗੱਡੀਆਂ ਲਵਾਂਗੇ ਚਾਰ, ਮਜ਼ੇ ਲਵਾਂਗੇ, ਮੇਰੀ ਤਾਂ ਇਹ ਰਹਿ ਆ। ਗੱਲ ਸੁਣ ਮੇਰੀ, ਗੱਡੀਆਂ ਲਏਗਾ, ਗੱਡੀਆਂ 'ਤੇ ਘੁੰਮੇਗਾ, ਟੌਰ ਤਾਂ ਤੇਰੀ ਬਣ ਜੂਗੀ। ਪਰ ਕਮਲਿਆ, ਤੂੰ ਇਹ ਵੇਖ ਇਸ ਖੇਤੀ ਦੇ ਨਾਲ ਕਿੰਨੇ ਘਰ ਜੁੜਦੇ ਆ। ਤੂੰ ਖੇਤੀ ਕਰਦੇਗਾ, ਜਦੋਂ ਉਹਨੂੰ ਵਾਢੀ ਦਾ ਟਾਈਮ ਆਉਣਾ, ਜਿਹੜੇ ਮਜ਼ਦੂਰ ਵਾਢੀ ਕਰਨਗੇ ਉਹਨਾਂ ਦੇ ਚੁੱਲ੍ਹੇ ਚੱਲਣਗੇ। ਅਤੇ ਜੇ ਤੂੰ ਪੈਲੀ ਕੱਟ ਕੇ ਉਹਦੇ ਪਲਾਟ ਵੇਚ ਲਏ ਤਾਂ ਫਿਰ ਉਹਨਾਂ ਦੇ ਚੁੱਲ੍ਹੇ ਤਾਂ ਬੰਦ ਹੋ ਗਏ ਨਾ, ਕਿੰਨੇ ਘਰਾਂ ਦੀ ਰੋਟੀ ਬੰਦ ਹੋਜੂ। ਪਰ ਕਮਲਿਆ ਸਿਆਣਾ ਬਣ, ਮੇਰੀ ਤਾਂ ਇੱਕੋ ਰਾਏ ਆ, ਤੂੰ ਮੇਰੇ ਕੋਲ ਸਲਾਹ ਲੈਣ ਆਇਆ ਨਾ, ਸਲਾਹ ਲੈਣਾ, ਅਤੇ ਮੈਂ ਤੈਨੂੰ ਇਹੋ ਸਲਾਹ ਦਿੰਦਾ, ਜੇ ਸਿਆਣਾ ਬਣਨਾ ਨਾ, ਆਪਣੇ ਦਿਮਾਗ ਨੂੰ ਸਹੀ ਕਰਨਾ, ਆ ਪੈਲੀ ਪੂਲੀ ਕੱਟਣ ਵਾਲਾ ਬਸ ਇਹਨਾਂ ਜਾਈ, ਜ਼ਮੀਨ ਸਗੋਂ ਹੋਰ ਲੈ ਅਤੇ ਖੇਤੀ ਕਰ, ਖੇਤੀ 'ਚ ਸਭ ਕੁਛ ਆ। ਅਤੇ ਜੇ ਤੈਨੂੰ ਲੱਗਦਾ ਵੀ ਸਰਕਾਰਾਂ ਸਾਡਾ ਨਹੀਂ ਸੋਚਦੀਆਂ, ਉਹ ਇਹ ਕਹਿੰਦੀਆਂ ਕਿ ਤੁਸੀਂ ਪਰਾਲੀ ਨੂੰ ਅੱਗ ਨਹੀਂ ਲਾਉਣੀ, ਤੁਸੀਂ ਆਹ ਨਹੀਂ ਕਰਨਾ, ਤੁਸੀਂ ਉਹ ਨਹੀਂ ਕਰਨਾ, ਤੁਸੀਂ ਖਾਦਾਂ ਨਹੀਂ ਪਾਉਣੀਆਂ, ਤੁਸੀਂ ਉਹ ਨਹੀਂ ਕਰਨਾ, ਅਤੇ ਉਹ ਸਰਕਾਰ ਨੂੰ ਵੀ ਚਾਹੀਦਾ ਕਿ ਸਾਡੇ ਬਾਰੇ ਕੁਛ ਸੋਚੇ, ਅਤੇ ਅਸੀਂ ਇਹ ਕੰਮ ਨਾ ਕਰੀਏ, ਨਾ ਹੀ ਖਾਦਾਂ ਪਾਈਏ, ਨਾ ਅਸੀਂ ਪਰਾਲੀ ਨੂੰ ਅੱਗ ਲਾਈਏ। ਮੱਖਣ ਸਿਆਂ, ਜਦੋਂ ਹੱਥ 'ਤੇ ਸੱਟ ਲੱਗੀ ਹੋਵੇ ਨਾ ਤਾਂ ਹੱਥ ਵੱਢੀ ਦਾ ਨਹੀਂ ਹੁੰਦਾ, ਸਿਆਣਾ ਬਣ। ਹੁਣ ਮਾਂ ਨੂੰ ਵੇਚੇਗਾ? ਜਾ ਕੰਮ ਕਰ ਆਪਣਾ, ਜਾ ਕੇ ਪੈਲੀ ਪੂਲੀ ਨਾ ਵੇਚੀ, ਵੀ ਪਲਾਟ ਪਲੂਟ ਨਹੀਂ ਕੱਟਣੇ। ਬਿਸ਼ਨ ਸਿਆਂ, ਤੇਰੀਆਂ ਗੱਲਾਂ ਸੁਣ ਕੇ ਨਾ ਮੇਰੀਆਂ ਅੱਖਾਂ ਖੁੱਲ੍ਹ ਗਈਆਂ, ਹੁਣ ਮੈਂ ਪੈਲੀ ਵੇਚਦਾ ਨਹੀਂ ਗਾ, 2 ਕਿੱਲੇ ਹੋਰ ਲੈ ਗਏ ਨਾ ਕੰਮ ਚਲਾਊਂਗਾ। ਬੱਲੇ ਬਾਈ ਬੱਲੇ, ਆਹ ਕਹਿ ਕੇ ਤੂੰ ਮੇਰਾ ਮਨ ਖੁਸ਼ ਕਰਤਾ ਈ ਮੱਖਣ ਸਿਆਂ। ਚੰਗਾ ਬਿਸ਼ਨ ਸਿਆਂ, ਹੁਣ ਮੈਂ ਚੱਲਦਾ। ਨਾ ਏਦਾਂ ਨਹੀਂ ਜਾਣ ਦੇਣਾ, ਹੁਣ ਤਾਂ ਤੈਨੂੰ ਠੰਡਾ ਪੀਤੇ ਬਗੈਰ ਨਹੀਂ ਮੈਂ ਭੇਜਣਾ, ਮੈਂ ਕੋਲਡ ਡਰਿੰਕ ਲੈ ਕੇ ਆਉਣਾ ਠੰਡਾ ਤੇਰੇ ਲਈ, ਉਹ ਪੀ ਕੇ ਜਾਈ, ਪੱਤਾ ਜ਼ਰੂਰ ਪੀ ਕੇ ਜਾਈ। ਨਹੀਂ ਠੰਡਾ ਨਹੀਂ ਪੀਣਾ, ਉੱਠ ਜਾਵਾਂ ਮੈਂ। ਚੱਲ ਠੀਕ ਹੈ ਫਿਰ, ਹੁਣ ਨਹੀਂ ਵੇਚਣੀ ਪੈਲੀ। ਬਿਸ਼ਨ ਸਿਆਂ, ਹੁਣ ਮੈਂ ਚੱਲਦਾ। ਚੱਲ ਠੀਕ ਹੈ, ਅੱਖਾਂ ਖੋਲਤੀਆਂ ਤੂੰ ਮੇਰੀਆਂ। ਚੱਲ ਚੱਲ ਚਲੋ ਬਈ, ਕਿਸੇ ਨੂੰ ਤਾਂ ਸਹੀ ਰਾਹ ਪਾਇਆ, ਨਹੀਂ ਤਾਂ ਸਾਰੀ ਦੁਨੀਆ ਕਿਹੜੇ ਕੰਮਾਂ 'ਚ ਪੈ ਗਈ, ਪੈਲੀ ਨੂੰ ਵੇਚ ਕੇ ਪਲਾਟ ਕੱਟੀ ਜਾਂਦੇ ਆ। ਹਰੇ ਭਰਿਆ ਪੰਜਾਬ ਪੱਥਰਾਂ ਦਾ ਪੰਜਾਬ ਬਣਾਉਣਾ ਚਾਹੁੰਦੀ ਹੈ, ਮਾੜੀ ਗੱਲ ਹੈ।